ਜਾਂ ਟੀਕਾ ਭਰਾਇਆ ਸੀ ਆਪਾਂ ਠੀਕ ਆ ਜੀ ਉਹ ਬੱਦਣੀ ਵਾਲੇ ਬਲੀ ਦਾ ਟੀਕਾ ਕਹਿ ਕੇ ਉਹਨਾਂ ਨੇ ਕਿਹਾ ਸੀ ਵੀ ਇਹ ਬੱਦਣੀ ਵਾਲੀ ਬਲੀ ਦਾ ਜੀ ਅੱਛਾ ਇਹ ਜਿਹੜੀ ਕੱਟੀ ਆਈ ਆ ਇਹ ਬੱਦਣੀ ਵਾਲੇ ਬਲੀ ਸਾਂਹ ਦੀ ਆ ਹਾਂਜੀ ਹਾਂਜੀ ਠੀਕ ਆ ਆਪ ਐ ਮਨੱਤੀ ਦੱਸੋ ਆਪ ਐ ਮਨੱਤੀ ਜੀ ਠੀਕ ਆ ਤੇ ਮਾਂ ਦਾ ਕੋਈ ਰਿਕਾਰਡ ਦਾ ਪਤਾ ਹੈਗਾ ਮਾਂ ਦਾ ਤੇ ਰਿਕਾਰਡ ਹੈਗਾ 18-19 ਕਿਲੋ ਦੁੱਧ ਦਿੰਦੀ ਹੈ ਜੀ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਢਿੱਲਵਾਂ ਕਲਾਂ ਜ਼ਿਲ੍ਹਾ ਪੈ ਜਾਂਦਾ ਫਰੀਦਕੋਟ ਤੇ ਤਹਿਸੀਲ ਇਹਨੂੰ ਜੈਤੋ ਪੈ ਜਾਂਦੀ ਹੈ ਕੋਟਕਪੂਰਾ ਬਿਲਕੁਲ ਇਹਦੇ ਨੇੜੇ ਹੈਗਾ 4-5 ਕਿਲੋਮੀਟਰ ਦੀ ਦੂਰੀ ਤੇ ਕੋਟਕਪੂਰਾ ਸ਼ਹਿਰ ਪੈ ਜਾਂਦਾ ਤੇ ਕੋਟਕਪੂਰੇ ਤੋਂ ਬਠਿੰਡੇ ਵਾਲਾ ਰੋਡ ਆ ਉਹਦੇ ਉੱਤੇ ਪਿੰਡ ਆ ਇਹ ਤੇ ਆਸੇ ਪਾਸੇ ਦੇ ਪਿੰਡ ਰਹਿ ਜਾਂਦੇ ਜਿਵੇਂ ਬਰਗਾੜੀ ਆ ਗਿਆ ਸਰਾਵਾਂ ਤੇ ਬਹਿਬਲ ਇਹ ਪਿੰਡ ਆਸੇ ਪਾਸੇ ਦੇ ਪਿੰਡ ਆ ਗਏ ਤੇ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਪਹਿਲੇ ਸੂਏ ਸੂਈ ਆ ਇਹ ਤੇ ਤਾਜ਼ੀ ਸੂਈ ਆ ਇਹ ਰਾਤ ਹੀ ਸੂਈ ਆ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਸਾਰੀ ਆਪਾਂ ਗੱਲਬਾਤ ਕਰਾਵਾਂਗੇ ਬਾਈ ਦੇ ਨਾਲ ਬਾਕੀ ਝੋਟੀ ਚੰਗੀ ਆ ਸੁਨੱਖੀ ਆ ਸਿੰਗਾਂ ਸੁੰਗਾਂ ਦੀ ਵੀ ਕੁੰਡੀ ਹੈਗੀ ਕੱਦ ਕਾਠ ਵੀ ਠੀਕ ਆ ਤੇ ਬੰਦ ਹਵਾਨੇ ਦੇ ਵਿੱਚ ਆ ਬਾਕੀ ਤਾਜ਼ੀ ਸੂਈ ਹੈਗੀ ਤੇ ਜਿਵੇਂ ਹੌਲੀ ਹੌਲੀ ਇਹ ਦਿਨਾਂ 'ਤੇ ਆਊਗੀ ਖੁਰਾਕ ਚੱਕੂਗੀ ਤਾਂ ਮਤਲਬ ਇਹਨੇ ਨਿਖਰਦੀ ਜਾਣਾ ਤੇ ਬਾਕੀ ਤੁਸੀਂ ਤਸੱਲੀ ਆਪਦੀ ਕਰਕੇ ਖਰੀਦਣੀ ਆ ਤੇ ਬਾਕੀ ਐਮ 29 ਦੀ ਦੱਸਿਆ ਗਾ ਤੇ ਜਿੱਥੋਂ ਬਾਈਆਂ ਨੇ ਖਰੀਦੀ ਹੈਗੀ ਰਿਸ਼ਤੇਦਾਰੀ 'ਚੋਂ ਖਰੀਦੀ ਆ ਤੇ ਉਹਨਾਂ ਨੇ ਐਮ 29 ਦੱਸਿਆ ਵੀ ਇਹ ਆਪ ਐਮ 29 ਦੀ ਆ ਤੇ ਮਗਰ ਕੱਟੀ ਆ ਤੁਸੀਂ ਬੈਠੀ ਦੇਖ ਸਕਦੇ ਹੋ ਇਹ ਦੱਸੀ ਆ ਉਹਨਾਂ ਨੇ ਬੱਧਣੀ ਵਾਲੇ ਬਲੀ ਦੀ ਤੇ ਦੋਵੇਂ ਹੀ ਮਤਲਬ ਚੰਗੇ ਰਿਕਾਰਡ ਦੀਆਂ ਗਈਆਂ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦਣੀ ਹੈ ਤੇ ਆਪਾਂ ਗੱਲਬਾਤ ਬਾਈ ਦੇ ਨਾਲ ਕਰਾਉਂਦੇ ਹਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਆਪਣਾ ਨਾਂ ਦੱਸ ਦਿਓ ਮੇਰਾ ਨਾਂ ਜਗਜੀਤ ਸਿੰਘ ਹੈ ਜੀ ਠੀਕ ਹੈ ਤੇ ਇਹ ਜਿਹੜੀ ਆਪਾਂ ਝੋਟੀ ਵੇਚਣੀ ਆ ਪਹਿਲੇ ਸੂਈ ਹੈ ਨਾ ਹਾਂ ਪਹਿਲੇ ਸੂਏ ਮੂੰਹੋਂ ਦੋ ਦੰਦ ਹੈ ਜੀ ਮੂੰਹੋਂ ਦੋ ਦੰਦ ਆ ਜੀ ਹਾਂਜੀ ਠੀਕ ਹੈ ਤੇ ਆਪਣੀ ਇਹ ਜਾਣੀ ਰਿਸ਼ਤੇਦਾਰੀ ਚੋਂ ਖਰੀਦੀ ਆਪਾਂ ਹਾਂ ਰਿਸ਼ਤੇਦਾਰੀ ਚੋਂ ਲਿਆਂਦੀ ਹੈ ਵੀਰੇ ਠੀਕ ਹੈ 29 ਦੀ ਬੱਚੀ ਕਹਿ ਕੇ ਦਿੱਤੀ ਹੈ ਠੰਡੀ ਸੀ ਪੂਰੀ ਹੈਗੀ ਠੀਕ ਹੈ ਆਪਾਂ ਚੈੱਕ ਕਰਾ ਦਿੰਦੇ ਆ ਇਹ ਠੀਕ ਹੈ ਉਹਨਾਂ ਨੇ ਐਮ 29 ਦੱਸਿਆ ਹਾਂ ਐਮ 29 ਦੀ ਬੱਚੀ ਹੈ ਜੀ ਠੀਕ ਹੈ ਇਹਦੇ ਗਾਂ ਟੀਕਾ ਭਰਾਇਆ ਜੀ ਆਪਾਂ ਠੀਕ ਹੈ ਜੀ ਉਹ ਬੱਧਣੀ ਵਾਲੇ ਬਲੀ ਦਾ ਟੀਕਾ ਕਹਿ ਕੇ ਉਹਨਾਂ ਨੇ ਕਿਹਾ ਸੀ ਵੀ ਇਹ ਬੱਧਣੀ ਵਾਲੀ ਬਲੀ ਦਾ ਜੀ ਅੱਛਾ ਇਹ ਜਿਹੜੀ ਕੱਟੀ ਆਈ ਆ ਇਹ ਬੱਧਣੀ ਵਾਲੇ ਬਲੀ ਸਾਂਹ ਦੀ ਆ ਹਾਂਜੀ ਹਾਂਜੀ ਠੀਕ ਆ ਆਪ ਐਮ 29 ਦੱਸਿਆ ਆਪ ਐਮ 29 ਜੀ ਠੀਕ ਹੈ ਤੇ ਬਾਕੀ ਦੋਸਤੋ ਠੰਡੀ ਸੀਲ ਆ ਜਿਵੇਂ ਹੁਣ ਪਹਿਲਾਂ ਆ ਗਈ ਤੇ ਇੱਦਾਂ ਇਹਨੂੰ ਕੋਈ ਚੱਕਰ ਨਹੀਂ ਬਾਕੀ ਗਾਲਾ ਕਰੀ ਜਾਂਦੀ ਹੈ ਤੁਹਾਨੂੰ ਸਾਹਮਣੇ ਦਿਖਦਾ ਹੋਣਾ ਜਿਵੇਂ ਮੈਂ ਵੀ ਉਪਰਾਂਗਾ ਤੇ ਇਹਨੂੰ ਮਤਲਬ ਇੱਦਾਂ ਦਾ ਕੋਈ ਚੱਕਰ ਨਹੀਂ ਡਰ ਉੱਪਰ ਵਾਲਾ ਵਧੀਆ ਠੰਡੀ ਸੀਲ ਆ ਗਈ ਤੇ ਬਾਕੀ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਆ ਤੇ ਸਿੰਗ ਵੀ ਜਮਾਂ ਛੋਟਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਪਿੱਛੇ ਤੋਂ ਚੌੜੀ ਹੈਗੀ ਤੇ ਅੱਗੇ ਨੂੰ ਪਤਲੀ ਹੁੰਦੀ ਜਾਂਦੀ ਹੈਗੀ ਤੇ ਅਗਾੜੀ ਵੀ ਮੈਦਾ ਵੀ ਚੰਗੀ ਰੱਖੂਗੀ ਤੇ ਬਾਕੀ ਥਣਾਂ ਦਾ ਸਾਇਜ਼ ਸੂਜ ਆ ਜਿਹੜਾ ਉਹ ਵੀ ਬਹੁਤ ਸੋਹਣਾ ਹੈਗਾ ਤੇ ਬਾਕੀ ਪਹਿਲਾਂ ਪਸ਼ੂ ਮਹੀਨੇ ਦੇ ਏੜ ਗੇੜ ਦੁੱਧ ਤੇ ਆਉਂਦਾ ਹੈਗਾ ਤੇ ਉਮੀਦ ਚੰਗੇ ਦੀ ਹੈਗੀ ਤੇ ਬਾਈ ਇਹ ਆਪਾਂ ਰਿਸ਼ਤੇਦਾਰੀ ਚ ਖਰੀਦੀ ਸੀ ਨਾ ਹਾਂਜੀ ਹਾਂਜੀ ਰਿਸ਼ਤੇਦਾਰੀ ਚ ਤੇ ਮਾਂ ਦਾ ਕੋਈ ਰਿਕਾਰਡ ਦਾ ਪਤਾ ਹੈਗਾ ਮਾਂ ਦਾ ਤੇ ਰਿਕਾਰਡ ਹੈਗਾ 18-19 ਕਿਲੋ ਦੁੱਧ ਦਿੰਦੀ ਹੈ ਜੀ ਉਹ 18-19 ਕਿਲੋ ਦੁੱਧ ਦਿੰਦੀ ਆ ਹਾਂਜੀ ਤੇ ਇਹਦਾ 14 ਦਾ ਕਿਹਾ ਆਪਾਂ ਨੂੰ ਵੀ 14 ਕਿਲੋ ਦਊਗੀ ਇਹ ਅੱਛਾ ਉਹ ਕਹਿੰਦੇ ਵੀ 14 ਕਿਲੋ ਇਹ ਵੀ ਕੱਢੂਗੀ ਹਾਂ ਕੱਢੂਗੀ ਠੀਕ ਆ ਵੀ ਇੰਨਾ ਦੁੱਧ ਕੱਢੂਗੀ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਮਾਂ ਬਾਈ ਉਹਨਾਂ ਦੇ ਕੋਲ ਹੀ ਆ ਕਿ ਕਿਵੇਂ ਆ ਹਾਂ ਉਹਨਾਂ ਦੇ ਕੋਲੇ ਆ ਜੀ ਅੱਛਾ ਉਹਨਾਂ ਦੇ ਕੋਲੇ ਆ ਵੀਰ ਫੋਨ ਤੇ ਕਹੂਗਾ ਤਾਂ ਆਪਾਂ ਫੋਨ ਤੇ ਗੱਲ ਵੀ ਕਰਾ ਦਾਂਗੇ ਉਹਨਾਂ ਨਾਲ ਅੱਛਾ ਤੁਸੀਂ ਮਤਲਬ ਜੇ ਕੋਈ ਤਸੱਲੀ ਕਰਨੀ ਚਾਹੁੰਦਾ ਹਾਂਜੀ ਹਾਂਜੀ ਤਾਂ ਤੁਸੀਂ ਗੱਲਬਾਤ ਫੋਨ ਤੇ ਕਰਾ ਦੋਗੇ ਹਾਂਜੀ ਠੀਕ ਆ ਤੇ ਉਮੀਦ ਮਤਲਬ ਮਾਂ ਚੰਗੀ ਆ ਤਾਂ ਫਿਰ ਇਹ ਤੋਂ ਵੀ ਚੰਗੇ ਦੀ ਉਮੀਦ ਆ ਹਨਾ ਹਾਂਜੀ ਹਾਂਜੀ ਬਾਕੀ ਕੁਆਲਿਟੀ ਦੱਸਦੀ ਆ ਵੀ ਚੰਗੀ ਆ ਤੇ ਬਾਕੀ ਅੱਗੇ ਪ੍ਰਮਾਤਮਾ ਨੂੰ ਪਤਾ ਬਾਕੀ ਸੇਵਾ ਤੇ ਆ ਹਨਾ ਹਾਂਜੀ ਖੋਲੀ ਬਾਈ ਇਹਨੂੰ ਲਓ ਵੀ ਦੋਸਤੋ ਤੁਹਾਨੂੰ ਆਪਾਂ ਡਿਟੇਲ ਕਿਹੜਾ ਲੈਤੀ ਆ ਸਾਰੀ ਤੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਆ ਤੇ ਤੁਸੀਂ ਤੁਰਦੀ ਤੋਂ ਜੱਜਮੈਂਟ ਕਰ ਸਕਦੇ ਹੋ ਬਾਕੀ ਦੁਬਾਰੇ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਇਹਦੀ ਤੇ ਕੱਦ ਕਾਠ ਵੀ ਵਧੀਆ ਹੈਗਾ ਮਤਲਬ ਕਿ ਐਂ ਨਹੀਂ ਹੈ ਸਕਦਾ ਕਹਿ ਸਕਦੇ ਆਪਾਂ ਵੀ ਬਾਹਲੀ ਛੋਟੀ ਹੈਗੀ ਤੇ ਬਾਕੀ ਆਰਡਰ ਦੇਖ ਸਕਦੇ ਹੋ ਪੂਰਾ ਕੰਪੈਕਟ ਆਰਡਰ ਹੈਗਾ ਤੇ ਥਣਾਂ 'ਚ ਵਿੱਥੀ ਬੁੱਥੀ ਥਣਾਂ ਦਾ ਸਾਇਜ਼ ਆ ਪੂਰਾ ਵਧੀਆ ਹੈਗਾ ਤੇ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਪਿੱਠ ਪੁੜੇ ਦੀ ਵੀ ਚੰਗੀ ਹੈਗੀ ਪੂਰੀ ਤੇ ਆਰਡਰ ਵੀ ਦੇਖ ਸਕਦੇ ਹੋ ਸੋਹਣਾ ਮਤਲਬ ਕਿ ਦਿਖਾ ਰਹੀ ਹੈਗੀ ਤੇ ਆਰਡਰ ਕੰਪੈਕਟ ਰੱਖੂਗੀ ਕੋਈ ਦਿਖਾਵੇ ਵਾਲਾ ਨਹੀਂ ਆਰਡਰ ਮਤਲਬ ਇਹਦਾ ਰਹਿੰਦਾ ਤੇ ਬਾਕੀ ਥਣਾਂ ਦਾ ਸਾਇਜ਼ ਸੂਜ ਬਹੁਤ ਸੋਹਣਾ ਹੈਗਾ ਤੇ ਹਜੇ ਢਿੱਲਾਂ ਢੁੱਲਾਂ ਬਹੁਤ ਪਈਆਂ ਗੀਆਂ ਤੇ ਸੇਵਾ ਨੇ ਆਰਡਰ ਪੂਰਾ ਵਧੀਆ ਮੈਦਾ ਵੀ ਇਹਨੇ ਤਿਆਰ ਕਰ ਲੈਣਾ
ਤੇ ਬਾਕੀ ਰਿਕਾਰਡ ਚੰਗਾ ਗਾ ਤੇ ਬਾਕੀ ਮੌਕਾ ਦੱਸੂਗਾ ਵੀ ਕੀ ਕਰਦੀ ਹੈਗੀ ਤੇ ਉਮੀਦ ਹੈ ਤੋਂ ਚੰਗੇ ਦੀ ਹੈਗੀ ਕੱਟੀ ਤੁਸੀਂ ਦੇਖ ਸਕਦੇ ਹੋ ਕੱਟੀ ਵੀ ਬਹੁਤ ਚੰਗੀ ਹੈ ਦੇਖ ਸਕਦੇ ਹੋ ਤੁਸੀਂ ਕੱਦ ਕਾਠ ਮੈਦਾ ਵੀ ਚੰਗਾ ਕਰੂਗੀ ਤੇ ਬਾਕੀ ਤਸੱਲੀ ਸਾਰੀ ਤੁਸੀਂ ਆਪ ਕਰਨੀ ਹੈਗੀ ਤੇ ਤੁਸੀਂ ਆਪਦੀ ਪੂਰੀ ਤਸੱਲੀ ਫੁੱਲ ਕਰਕੇ ਤੇ ਫਿਰ ਤੁਸੀਂ ਇਸ ਝੋਟੀ ਨੂੰ ਖਰੀਦ ਸਕਦੇ ਹੋ ਤੇ ਬਾਕੀ ਵਾਧੇ ਵਾਲੀ ਗੱਲ ਆ ਨਾਲ ਕੱਟੀ ਆ ਤੇ ਹੈ ਵੀ ਚੰਗੇ ਸੀਮਨ ਦੀ ਹੈਗੀ ਤੇ ਬਾਕੀ ਬਾਈ ਤੋਂ ਆਪਾਂ ਰੇਟ ਪੁੱਛ ਲੈਂਦੇ ਹਾਂ ਇਹਦਾ ਰੇਟ ਕੀ ਕਰਦੇ ਆ ਰੇਟ ਬਾਈ ਕੀ ਰੱਖਿਆ ਇਹਦਾ ਰੇਟ ਬਾਈ ਆਪਣਾ 1,10,000 ਰੁਪਈਏ ਜੀ ਰੇਟ 1,10,000 ਹਾਂਜੀ ਠੀਕ ਆ ਤੇ ਬਸ ਇਹ ਚੋਂ ਮਾੜਾ ਮੋਟਾ ਬਾਣ ਤਾਣ ਹੋ ਜੂਗਾ ਹਾਂਜੀ ਹੋ ਜੂਗਾ ਜੀ ਤੇ ਦੋਸਤੋ ਰੇਟ ਇਹਦਾ ਹੈਗਾ 1,10,000 ਬਿਲਕੁਲ ਜਾਇਜ਼ ਰੇਟ ਹੀ ਕਰਿਆ ਕੋਈ ਜ਼ਿਆਦਾ ਨਹੀਂ ਕਰਿਆ ਹੈਗਾ ਤੇ ਬਾਕੀ ਮਾੜਾ ਮੋਟਾ ਇਹਦੇ ਵਿੱਚੋਂ ਹੋ ਜੂਗਾ ਓਲਾ ਕੋਈ ਜ਼ਿਆਦਾ ਨਹੀਂ ਰੱਖਿਆ ਹੈਗਾ ਉਹ ਜਿਹੇ ਹਿਸਾਬ ਨਾਲ ਹੀ ਕਰਿਆ ਰੇਟ ਵੀ ਮਤਲਬ ਦੇਣ ਲੈਣ ਵਾਲੇ ਰੇਟ ਕਰਿਆ ਹੈਗਾ ਤੇ ਬਾਕੀ ਤਸੱਲੀ ਤੁਸੀਂ ਆਪ ਕਰਨੀ ਜਿਹਨੂੰ ਪਸੰਦ ਆਉਂਦੀ ਹੈ ਤੇ ਤੁਸੀਂ ਇੱਥੇ ਆ ਕੇ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਹੋਗੇ ਵੀਡੀਓ ਵੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਹੈ ਜੀ।